ਹੁਕਮ ਬਾਬਾ ਜੀ ਕਿੰਨੇ ਅਰਸੇ ਤੋਂ ਕਰਦੇ ਪਏ ਹੋ ਇਹ ਬਹੁਤ ਅਰਸਾ ਹੋ ਗਿਆ ਕਿੰਨਾ ਅਰਸਾ ਹੋ ਗਿਆ ਸਾਨ 90 ਦੇ ਕੰਮ ਕਰ ਰਹਾ ਅੱਛਾ ਤੇ ਇਹ ਤੋਤਾ ਜਿਹੜਾ ਫਾਲ ਕੱਢਦਾ ਹੈ ਇਹਦੇ ਚ ਕੋਈ ਹਕੀਕਤ ਵੀ ਹੈ ਕਿ ਐਵੇਂ ਗੱਲਾਂ ਬਣੀਆਂ ਨੇ ਵੀ ਕਦੀ ਝੂਠ ਬੋਲਿਆ ਉਹ ਤਾਂ ਬੰਦਾ ਨਹੀਂ ਝੂਠ ਜਾਨਵਰ ਤਾਂ ਝੂਠ ਨਹੀਂ ਬੋਲ ਸਕਦਾ ਇਹ ਲਿਖੇ ਤਾਂ ਤੁਸੀਂ ਹੋਣਾ ਨਾ ਸਾਰਾ ਮੈਂ ਕੋਈ ਨਹੀਂ ਲਿਖਿਆ ਇਹ ਸਭ ਸਿਤਾਰੇ 12 ਬੁਰਜ ਦੇ ਮੁਤਾਬਕ ਫਲਨਾਮਾ ਇਹਦੇ ਵਿੱਚ ਆ ਅੱਛਾ ਹਾਂ ਇਲਮੇ ਜਾਫਰ ਦੇ ਮੁਤਾਬਕ ਹਾਂ ਜੀ ਅੱਛਾ ਠੀਕ ਹੋ ਗਿਆ ਸਾਡੇ ਨਾਮ ਦਾ ਜ਼ਰਾ ਕੱਢੋ ਹਾਂ ਜ਼ਰਾ ਫਾਲ ਕੀ ਕਹਿੰਦਾ ਹੈ ਆ ਨਾਮ ਹੈ ਆਪਕਾ ਮੇਰਾ ਨਾਮ ਜ਼ਿਮਲ ਖਾਨ ਹੈਗਾ ਜੀ ਚਲ ਮੈਂ ਮਿੱਟੂ ਜ਼ਿਮਲ ਖਾਨ ਦਾ ਪਰਚੀ ਕੱਢ ਦੇ ਅੱਛਾ ਜੀ ਸੋ ਸਮਝ ਕੇ ਜਾਇਜ਼ਾ ਲਾ ਕੇ ਇਹਦਾ ਪਰਚੀ ਕੱਢ ਦੇ ਲੋ ਜੀ ਤੋਤੇ ਨੇ ਜੀ ਸਾਡੇ ਨਾਂ ਦਾ ਫਾਲ ਕੱਢਿਆ ਜੇ ਹੁਣ ਚੈੱਕ ਕਰਦੇ ਆ ਕਿ ਤੋਤਾ ਸਾਹਿਬ ਨੇ ਸਾਡੀ ਕਿਸਮਤ ਕੀ ਲਿਖਿਆ ਹੈ ਲੋ ਜੀ ਅਜ਼ਰਾ ਤਾਲੂਤ ਅਲੈ ਸਲਾਮ ਫਾਲ ਕਹਿੰਦਾ ਕਿ ਆਪ ਜਦ ਤੁਹਾਡੇ ਗਰਦਸ਼ ਕੇ ਦਿਨ ਸੀ ਨਾ ਬੁਰੇ ਦਿਨ ਉਹ ਤੁਹਾਡੇ ਖਤਮ ਹੋ ਚੁੱਕੇ ਹੈ ਰੋਜ਼ਗਾਰ ਦੇ ਵਿੱਚ ਤਰੱਕੀ ਹੋ ਜਾਏਗੀ ਹਰ ਕੰਮ 'ਚ ਬਿਹਤਰੀ ਹੋ ਜਾਏਗੀ ਤੁਮ ਫਿਕਰ ਹੀ ਨਾ ਕਰ ਤੁਹਾਡੇ ਦੁਸ਼ਮਣ ਤੁਮ ਪੇ ਗਾਲਬ ਨਹੀਂ ਆ ਸਕਤੇ ਤੁਮ ਖੁਸ਼ ਹੋ ਜਾ ਕਿਆਨ ਕਰੀਬ ਜਿਹੜਾ ਤੇਰਾ ਮਤਲੂਬ ਹੈ ਕਿ ਜਿਹਨੂੰ ਚਾਹਨ ਹੈ ਉਹ ਵੀ ਤੁਹਾਨੂੰ ਮਿਲ ਜਾਏਗੇ ਔਰ ਤੁਹਾਡਾ ਦਿਲੀ ਮਕਸਦ ਵੀ ਹਾਸਲ ਹੋ ਜਾਏਗਾ ਤੇ ਕਹੋ ਇਨਸ਼ਾਅੱਲਾ ਹੀ ਖੈਰਾਂ ਨੇ ਸੱਤੇ ਹੀ ਖੈਰਾਂ ਨੇ ਤੋਤਾ ਸਾਹਿਬ ਨੇ ਭਾਜੀ ਤੱਤੋ ਸਾਹਿਬ ਤੁਹਾਡੀ ਮਿਹਰਬਾਨੀ ਇਹਨਾਂ ਦਾ ਬੜਾ ਸ਼ੁਕਰੀਆ ਕਿ ਇਹਨਾਂ ਨੇ ਬੜੀ ਬਿਹਤਰੀਨ ਕਿਸਮ ਦੀ ਇਹ ਫਾਲ ਕੱਢੀ ਹੈ ਹੁਣ ਵੇਖੋ ਸਾਡੀ ਜਿਹੜੀ ਗਰਦਿਸ਼ ਦੇ ਸਿਤਾਰੇ ਨੇ ਉਹ ਕਦੋਂ ਖਤਮ ਹੁੰਦੇ ਨੇ ਕਿ ਨਹੀਂ ਹੁੰਦੇ ਪਰ ਅਲਹਮਦੁਲਿਲਾ ਅਸੀਂ ਬਸਰੇ ਰੋਜ਼ਗਾਰ ਹੈਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਾਜ਼ਰੀਨ ਕਰਾਮ ਇਹ ਇੱਕ ਪੰਜਾਬ ਦਾ ਇੱਕ ਰਵਾਇਤੀ ਜਿਹੜਾ ਉਹ ਕਲਚਰ ਹੈਗਾ ਲੋਕ ਆਉਂਦੇ ਨੇ ਔਰ ਇਹ ਤੋਤੇ ਦੇ ਹੈਰਤ ਅੰਗੇਜ਼ ਜਿਹੜੇ ਕਮਾਲਾਤ ਨੇ ਉਹਨਾਂ ਨੂੰ ਵੇਖਦੇ ਨੇ ਇਹ ਹਰ ਮੇਲੇ ਠੇਲਿਆਂ ਦੇ ਉੱਤੇ ਫੈਸਟੀਵਲਸ ਦੇ ਉੱਤੇ ਲਾਹੌਰ ਦੇ ਵਿੱਚ ਔਰ ਲਾਹੌਰ ਦੇ ਬਾਹਰ ਵੀ ਜਿਹੜੇ ਨੇ ਇਸ ਤਰ੍ਹਾਂ ਦਾ ਇਹ ਜਿਹੜੇ ਤੋਤਾ ਫਾਲ ਕੱਢਦੇ ਨੇ ਇਹ ਹੁੰਦੇ ਨੇ ਔਰ ਲੋਕ ਬੜੇ ਸ਼ੌਕ ਦੇ ਨਾਲ ਵੇਖਦੇ ਨੇ ਖੁਸ਼ ਹੋ ਜਾਂਦੇ ਨੇ ਦਿਲੀ ਤਮਾਨੀਅਤ ਜਿਹੜੀ ਹੈ ਉਹ ਮਿਲਦੀ ਹੈ ਜਿਵੇਂ ਬਹਰਹਾਲ ਇਹਦੇ ਵਿੱਚ ਜਿਹੜਾ ਗੱਲਾਂ ਕੀਤੀਆਂ ਗਈਆਂ ਨੇ ਉਹ ਕੁਛ ਸੱਚੀਆਂ ਨੇ ਕੁਛ ਝੂਠੀਆਂ ਹੋਣਗੀਆਂ ਲੇਕਿਨ ਬਹਰਹਾਲ ਓਵਰਆਲ ਇੱਕ ਇਤਮਾਨ ਮਿਲਦਾ ਹੈ ਇੱਕ ਤਸੱਲੀ ਮਿਲਦੀ ਹੈ ਇੱਕ ਜ਼ਿੰਦਗੀ ਦੀ ਨਵੀਂ ਜਿਹੜੀ ਆ ਇੱਕ ਨਵਾਂ ਰੁੱਖ ਹੈਗਾ ਉਹ ਇਨਸਾਨ ਮੁਤਾਇਨ ਕਰਦਾ ਔਰ ਦਿਲੀ ਇਹ ਸਕੂਨ ਲੱਭਦਾ ਕਿ ਹਾਂਜੀ ਹੁਣ ਮੇਰੇ ਗਰਦਿਸ਼ ਦੇ ਦਿਨ ਖਤਮ ਹੋ ਜਾਣਗੇ ਮੇਰਾ ਰੋਜ਼ਗਾਰ ਅੱਛਾ ਹੋ ਜਾਏਗਾ ਮੈਂ ਗਾਲਿਬ ਆ ਜਾਵਾਂਗਾ ਔਰ ਮੇਰਾ ਸਿਲਸਿਲਾ ਜ਼ਿੰਦਗੀ ਦਾ ਜਿਹੜਾ ਉਹ ਦੁਬਾਰਾ ਜੁੜ ਜਾਏਗਾ ਬਹਰਹਾਲ ਇਹ ਇੱਕ ਇੰਜੋਇਮੈਂਟ ਹੈਗੀ ਹੈ ਲੋਕ ਇਹਨੂੰ ਇੰਜੋਏ ਕਰਦੇ ਨੇ ਅੰਕਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ